ਮੁੱਖ ਮੁੱਦਾ ਪੰਜਾਬ ਦੇ ਬੁਨਿਆਦੀ ਜੋ ਵਿਸ਼ੇਸ਼ ਕਰਕੇ ਪੱਖਵੇਂ ਮਸਲੇ ਹਨ ਉਹਨਾਂ ਵੱਲ ਮੁੜਨ ਦਾ, ਉਹਨਾਂ ਵੱਲ ਲੋਕਾਂ ਦੀ ਔਰ ਆਵਾਮ ਦੀ ਔਰ ਸੰਗਤ ਦਾ ਧਿਆਨ ਖਿੱਚਣਾ, ਇਹ ਸਾਰੇ ਆਉਣ ਵਾਲੇ ਦਿਨਾਂ ਵਿੱਚ ਜੋ ਪ੍ਰੋਗਰਾਮ ਪੰਜਾਬ ਦੇ ਵਡੇਰੇ ਹਿੱਤਾਂ ਵਿੱਚ ਬਣਾਏ ਜਾ ਰਹੇ ਹਨ, ਜਿਸ ਵਿੱਚ ਸਾਰਿਆਂ ਨੂੰ ਵੀ ਪਤਾ ਹੈ ਕਿ ਪੰਜਾਬ ਦਾ ਨਕਸ਼ਾ ਜਿਸ ਪ੍ਰਕਾਰ ਜਲ ਔਰ ਵਾਟਰ ਡੈਟੀਲੇਸ਼ਨ, ਪਾਣੀ ਦਾ ਘਟਣਾ, ਥੱਲੇ ਜਾਣਾ, ਪਾਣੀ ਖਰਾਬ ਹੋਣਾ ਬਲੋਕਸ ਦਾ, ਉਹ ਪੰਜਾਬ ਤਬਾਹੀ ਵੱਲ ਵੱਧ ਰਿਹਾ। ਇਸ ਕਰਕੇ ਇਹ ਤਾਂ ਕੇਵਲ ਜੋਗੀ ਪੜ੍ਹੇ ਵੈਰਾਗ, ਇਹ ਤਾਂ ਜੋਗੀਆਂ ਦਾ ਵੈਰਾਗ ਪੰਜਾਬ ਪ੍ਰਤੀ ਸਨੇਹ, ਔਰ ਬਿਨਾਂ ਕਿਸੇ ਤੇ ਦੂਸ਼ਣਬਾਜ਼ੀ ਕੀਤਿਆਂ ਕਿਸੇ ਪੋਲੀਟੀਕਲ ਪਾਰਟੀ ਨੂੰ ਨਿੰਦਿਆਂ ਅਸੀਂ ਆਪਦੀ ਹੋਣੀ ਤੇ ਭਵਿੱਖ ਦੀ ਗੱਲ ਕਰਨ ਜਾ ਰਹੇ ਹਾਂ। ਬਹੁਤ ਬਹੁਤ ਧੰਨਵਾਦ।